ਸਾਡੇ ਕੋਲ ਕੋਵਿਡ ਮਹਾਮਾਰੀ ਨੂੰ ਕੰਟਰੋਲ ਕਰਨ ਵਾਸਤੇ ਕੋਵਿਡ ਵੈਕਸੀਨ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਦੀ ਅਸੀਂ ਫਸਟ ਸਪਲਾਈ ਜਿਹੜੀ ਕੱਲ ਸ਼ਾਮ ਨੂੰ ਰਿਸੀਵ ਕਰ ਲਈ ਸੀ ਔਰ ਚੰਡੀਗੜ੍ਹ ਤੋਂ ਸੇਫ ਐਂਡ ਸਾਊਂਡ ਸਾਨੂੰ ਰਿਸੀਵ ਹੋਈ ਹੈ ਔਰ ਸੇਫ ਐਂਡ ਸਾਊਂਡ ਅਸੀਂ ਪਿੱਛੇ ਤੁਸੀਂ ਜਿਹੜਾ ਸਾਡਾ ਸਟੋਰ ਰੀਜਨਲ ਵੈਕਸੀਨ ਸਟੋਰ ਬਣਿਆ ਹੈ ਉਹਨਾਂ ਵਿੱਚ ਅਸੀਂ ਉਹਨੂੰ ਜੋ ਉਹਦੇ ਵਾਸਤੇ ਟੈਂਪਰੇਚਰ ਚਾਹੀਦਾ ਹੈ ਉਹਦੇ ਲਈ ਉਹ ਸਟੋਰ ਕਰ ਦਿੱਤੀ ਹੈ। ਇਹ ਵੈਕਸੀਨੇਸ਼ਨ ਡਰਾਈਵ ਜਿਹੜੀ ਆ 16 ਤਰੀਕ ਨੂੰ ਸਟਾਰਟ ਹੋਏਗੀ। ਪ੍ਰਧਾਨ ਮੰਤਰੀ ਜੀ ਦੇ ਫਾਰਮਲ ਲਾਂਚਿੰਗ ਤੋਂ ਬਾਅਦ ਵੈਕਸੀਨੇਸ਼ਨ ਜਿਹੜੀ ਆ ਲਾਭਪਾਤਰੀਆਂ ਨੂੰ ਬੈਨੀਫਿਸ਼ਰੀਜ਼ ਨੂੰ ਲਗਾ ਦਿੱਤੀ ਜਾਵੇਗੀ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਮੀਡੀਆ ਰਾਹੀਂ ਔਰ ਸਰਕਾਰ ਦੀਆਂ ਐਡਵਰਟਾਈਜ਼ਮੈਂਟ ਦੇ ਥਰੂ ਫਸਟ ਫੇਜ਼ ਦੇ ਵਿੱਚ ਹੈਲਥ ਕੇਅਰ ਵਰਕਰਸ ਨੂੰ ਲਗਾਈ ਜਾਏਗੀ ਔਰ ਸਾਡੇ ਕੋਲ ਟੋਟਲ 20,880 ਡੋਜ਼ ਜਿਹੜੀ ਆ ਉਹ ਅੰਮ੍ਰਿਤਸਰ ਲਈ ਪਹੁੰਚ ਗਈ ਹੈ ਔਰ ਸੈਕਿੰਡ ਫੇਜ਼ ਦੇ ਫਰੰਟਲਾਈਨ ਵਰਕਰਸ ਨੂੰ ਉਸ ਤੋਂ ਬਾਅਦ ਆਮ ਜਨਤਾ ਨੂੰ ਲਗਾਈ ਜਾਏਗੀ ਅਤੇ ਨੈਕਸਟ ਸਪਲਾਈ ਆਏਗੀ ਜੀ। ਇਹ ਫਸਟ ਡੋਜ਼ ਆਈ ਹੈ ਜੀ।